ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੇਟੀਐਮ ਪੋਸਟਪੇਡ ਦੇ ਬਾਰੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਆਪਾਂ ਪੇਡੀਐਮ ਤੇ ਕਲਿੱਕ ਕਰਨੀ ਆ ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਾਂ ਇੱਥੇ ਸਰਚ ਕਰਨਾ ਪੇਟੀਐਮ ਪੋਸਟਪੇਡ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੇਟੀਐਮ ਪੋਸਟਪੇਡ ਆ ਚੁੱਕਿਆ ਹੈ ਜਿਵੇਂ ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੀ ਲਿਮਿਟ 10000 ਦੀ ਹੈ ਦੋਸਤੋ ਸਭ ਤੋਂ ਪਹਿਲਾਂ ਇਹ ਮੇਰੀ ਲਿਮਿਟ ਵੀ ਇਸ ਤੇ 1000 ਰੁਪਏ ਦੀ ਮਿਲੀ ਸੀ ਤੇ ਮੈਂ ਟਾਈਮ ਟੂ ਟਾਈਮ ਪੇਮੈਂਟ ਕਰਕੇ ਇਹ ਲਿਮਿਟ ਨੂੰ 10000 ਤੱਕ ਪਹੁੰਚਾ ਦਿੱਤਾ ਹੈ। ਦੋਸਤੋ ਇਸ ਤੇ ਅਗਰ ਆਪਾਂ ਟਾਈਮ ਟੂ ਟਾਈਮ ਪੇਮੈਂਟ ਕਰਦੇ ਆ ਤਾਂ ਕੋਈ ਵੀ ਕਨਵੀਨੀਅੰਸ ਫੀਸ ਨਹੀਂ ਪੈਂਦੀ ਜਿੱਦਾਂ ਕਿ ਲੋਕ ਇਹਨੂੰ ਇਸਤੇਮਾਲ ਕਰਨ ਲੱਗੇ ਆ ਡਰਦੇ ਨੇ ਕਿ ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਆਪਾਂ ਨੂੰ ਕਨਵੀਨੀਅੰਸ ਫੀਸ ਪਾਊਗੀ ਪਰ ਦੋਸਤੋ ਇਹ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਹੀਂ ਹੈ। ਸਾਨੂੰ ਕੋਈ ਵੀ ਕਨਵੀਨੀਅੰਸ ਫੀਸ ਨਹੀਂ ਪੈਂਦੀ ਜੇਕਰ ਅਸੀਂ ਇਸ ਨੂੰ 30 ਦਿਨ ਦੇ ਅੰਦਰ ਅੰਦਰ ਵਾਪਸ ਕਰ ਦਿੰਦੇ ਆ। ਜਿਵੇਂ ਕਿ ਆਪਾਂ ਇੱਕ ਤਰੀਕ ਨੂੰ ਯੂਜ਼ ਕਰਦੇ ਆ ਇਸ ਨੂੰ ਤੇ ਆਪਾਂ 28 ਜਾਂ 29 ਤਰੀਕ ਨੂੰ ਹੀ ਇਹਦਾ ਭੁਗਤਾਨ ਕਰਨ ਬਾਰੇ ਸੋਚੀਏ ਇਹ ਨਾ ਸੋਚੀਏ ਕਿ ਆਪਾਂ 1 ਤਰੀਕ ਨੂੰ ਹੀ ਭੁਗਤਾਨ ਕਰੀਏ ਕਿਉਂਕਿ ਫਿਰ ਆਪਾਂ ਇੱਕ ਦਿਨ ਵੀ ਇਹਨੂੰ ਭੁੱਲ ਜਾਨੇ ਆ ਤਾਂ ਇਹਨਾਂ ਦੀ ਕਨਵੀਨੀਅੰਸ ਫੀਸ ਬਹੁਤ ਹੀ ਜ਼ਿਆਦਾ ਹਾਈ ਆ ਜਿੰਨਾ ਆਪਾਂ ਅਮਾਊਂਟ ਯੂਜ਼ ਕਰੀਏ ਉਸ ਉਸ ਦੇ ਅਕੋਰਡਿੰਗ ਹੀ ਕਨਵੀਨੀਅੰਸ ਫੀਸ ਲੱਗਦੀ ਆ ਦੋਸਤੋ ਇਹਨੂੰ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਆ ਜਿਵੇਂ ਆਪਾਂ ਆਨਲਾਈਨ ਐਪਸ ਤੇ ਯੂਜ਼ ਕਰ ਸਕਦੇ ਆ ਆਨਲਾਈਨ ਫੂਡ ਐਪਸ ਤੇ ਯੂਜ਼ ਕਰ ਸਕਦੇ ਆ ਇਹਨੂੰ ਆਪਾਂ ਆਪਣੇ ਕੋਈ ਵੀ ਘਰ ਦਾ ਬਿੱਲ ਭਰਨਾ ਉਸ ਤੇ ਯੂਜ਼ ਕਰ ਸਕਦੇ ਆ ਮੋਬਾਈਲ ਰੀਚਾਰਜ ਤੇ ਯੂਜ਼ ਕਰ ਸਕਦੇ ਆ ਜਿਵੇਂ ਕਿ ਆਪਾਂ ਖੁਦ ਆਪਣੇ ਦੂਸਰੇ ਅਕਾਊਂਟ 'ਚ ਪੈਸੇ ਜੇ ਕਢਵਾਉਣੇ ਆ ਤੁਹਾਨੂੰ ਉਹਦੇ ਬਾਰੇ ਵੀ ਦੱਸ ਦੇਣਾ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਪੇਟੀਐਮ ਰੈਂਟ ਤੇ ਆਪਾਂ ਰੈਂਟ ਤੇ ਕਲਿੱਕ ਕਰਕੇ ਆਪਾਂ ਕਿਸੇ ਵੀ ਆਪਣਾ ਦੂਸਰਾ ਅਕਾਊਂਟ ਭਰ ਕੇ ਇਹਦੇ ਤੇ ਕਲਿੱਕ ਕਰਕੇ ਜਿਵੇਂ ਕਿ ਪਰ ਆਪਾਂ ਨੂੰ ਇਸ ਤੇ 10000 ਜਿੱਦਾਂ ਕਿ ਆਪਾਂ 10000 ਦੀ ਪੇਮੈਂਟ ਆਪਣੇ ਦੂਸਰੇ ਅਕਾਊਂਟ ਤੇ ਕਰਦੇ ਆ ਆਪਾਂ ਨੂੰ ਉਹਦੇ ਤਕਰੀਬਨ ਤਕਰੀਬਨ 100 ਤੋਂ ਲੈ ਕੇ 200 ਰੁਪਏ ਤੱਕ ਕਨਵੀਨੀਅੰਸ ਫੀਸ ਲੱਗੂਗੀ ਉਹ ਉਹ ਵੈਰੀ ਕਰਦਾ ਇਹਨਾਂ ਦੇ ਚਾਰਜੇਸ ਤੇ ਅੱਜ ਇਸ ਤੇ 130 ਰੁਪਏ ਫੀਸ ਲੱਗਦੀ ਹੈ ਪਰ ਕੱਲ ਨੂੰ ਇਹ ਵੱਧ ਸਕਦੀ ਹੈ ਜਾਂ ਘਟ ਵੀ ਸਕਦੀ ਹੈ ਧੰਨਵਾਦ ਦੋਸਤੋ ਅੱਜ ਦੇ ਲਈ ਇੰਨਾ